ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰੱਤੂ ਸਵਾਗਤ ਕਰਦੀ ਹਾਂ। ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ। ਸਾਡਾ ਅੱਜ ਦਾ ਮੁੱਦਾ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ 27 ਮਈ ਨੂੰ ਲਾਏ ਗਏ ਪਲੇਠੇ ਦਰਬਾਰੇ ਖਾਲਸਾ ਬਾਰੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 27 ਮਈ 1710 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਵਿਖੇ ਪਲੇਠਾ ਦਰਬਾਰੇ ਖਾਲਸਾ ਲਗਾਇਆ ਗਿਆ ਸੀਗਾ। ਇਸ ਦੇ ਬਾਰੇ ਜ਼ਰਾ ਵਿਸਥਾਰ ਨਾਲ ਦੱਸੋ। ਬੀਬਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ 27 ਮਈ 1710 ਦਾ ਜਿਹੜਾ ਦਿਨ ਹੈ ਉਹ, ਜੇ ਅਸੀਂ ਇਹ ਕਹਿ ਦਈਏ ਕਿ ਖਾਲਸਾ ਪੰਥ ਦੀ ਜਿਹੜੀ ਪਲੇਠੀ ਪਾਰਲੀਮੈਂਟ ਆ ਉਹਦੇ ਗਠਨ ਦਾ ਦਿਨ ਆ, ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਸਥਾਪਨਾ ਕਰਨ ਤੋਂ ਬਾਅਦ ਪਹਿਲਾ ਦਰਬਾਰੇ ਖਾਲਸਾ ਲਾਇਆ, ਜਿਸ ਦਰਬਾਰੇ ਖਾਲਸਾ 'ਚ ਉਹਨਾਂ ਨੇ ਖਾਲਸਾਈ ਸਿੱਕੇ ਵੀ ਜਾਰੀ ਕੀਤੇ, ਜਿਸ ਖਾਲਸਾ ਦਰਬਾਰ 'ਚ ਉਹਨਾਂ ਨੇ ਖਾਲਸਾਈ ਮੋਹਰ ਵੀ ਜਾਰੀ ਕੀਤੀ। ਅਤੇ ਉਹਨਾਂ ਨੇ ਉਸ ਦਿਨ, ਮਤਲਬ ਜੇ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਉਸ ਦਿਨ ਜਿਹੜੀ ਪਾਰਲੀਮੈਂਟ ਆ, ਜਿਹੜੀ ਸਿੱਖ ਪਾਰਲੀਮੈਂਟ ਆ ਜਿਹੜੀ, ਉਹਦਾ ਗਠਨ ਕੀਤਾ। ਉਹਨਾਂ ਨੇ ਜਿਹੜੀ ਤਾਕਤ ਸੀ ਦਰਬਾਰੇ ਖਾਲਸਾ ਦੀ, ਜਿਹੜੀ ਤਾਕਤ ਸੀ ਉਹਨੂੰ ਵੰਡਣ ਦੇ ਲਈ, ਜਿਸ ਤਰ੍ਹਾਂ ਆਪਣੇ ਜਿਹੜੇ ਨਾਲ ਦੇ ਉਹਨਾਂ ਦੇ ਜਰਨੈਲ ਸੀ ਬਾਜ ਸਿੰਘ ਅਤੇ ਅਲੀ ਸਿੰਘ, ਉਹਨਾਂ ਨੂੰ ਸਰਹੰਦ ਦੀ ਸੂਬੇਦਾਰੀ ਸੌਂਪੀ, ਭਾਵੇਂ ਕਿ ਉਹ ਉਸ ਵੇਲੇ ਖੁਦ ਸਰਹੰਦ ਦੇ ਵਿੱਚ ਮੌਜੂਦ ਸੀ, ਦਰਬਾਰੇ ਖਾਲਸਾ ਉਹਨਾਂ ਦੀ ਅਗਵਾਈ 'ਚ ਲੱਗਿਆ ਸੀ, ਪਰੰਤੂ ਉਸ ਦਿਨ ਉਹਨਾਂ ਨੇ, ਮਤਲਬ ਸਰਹੰਦ ਦੀ ਸੂਬੇਦਾਰੀ, ਸਰਹੰਦ ਦੀ ਬਾਗਡੋਰ ਸੀ ਜਿਹੜੀ, ਉਹ ਬਾਜ ਸਿੰਘ ਅਤੇ ਅਲੀ ਸਿੰਘ ਨੂੰ ਸੌਂਪਤੀ। ਸੋ ਇੱਕ ਤਰ੍ਹਾਂ ਦੀ ਜਿਹੜੀ ਆਪਾਂ ਬਾਰ ਬਾਰ ਗੱਲ ਕੀਤੀ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰਨ ਤੋਂ ਬਾਅਦ ਜਿਹੜਾ ਖਾਲਸਾ ਪੰਥ ਦੀ ਨੀਂਹ ਰੱਖੀ, ਖਾਲਸਾ ਰਾਜ ਦੀ ਨੀਂਹ ਰੱਖੀ, ਉਸ ਖਾਲਸਾ ਰਾਜ ਲਈ ਉਹਨਾਂ ਨੇ ਪਹਿਲੀ ਪਾਰਲੀਮੈਂਟ ਦਾ, ਜਾਣੀ ਕਿ ਪਹਿਲਾ ਦਰਬਾਰੇ ਖਾਲਸਾ ਲਾ ਕੇ ਸਿੱਖਾਂ ਦੇ ਰਾਜ ਦਾ, ਖਾਲਸਾ ਰਾਜ ਦੀ ਆਰੰਭਤਾ ਸੀ ਜਿਹੜੀ, ਉਹ ਲੋਕਤੰਤਰੀ ਢੰਗ ਤਰੀਕੇ ਨਾਲ ਕੀਤੀ। ਸੋ 27 ਮਈ 1710 ਦਾ ਦਿਨ, ਜਿਸ ਦਿਨ ਸਿੱਖਾਂ ਦੀ ਪਾਰਲੀਮੈਂਟ ਹੋਂਦ ਵਿੱਚ ਆਈ, ਸਿੱਖਾਂ ਦਾ ਦਰਬਾਰੇ ਖਾਲਸਾ ਲੱਗਿਆ, ਸੋ ਉਹ ਦਿਨ ਮੈਂ ਸਮਝਦਾ ਕਿ ਸਿੱਖ ਇਤਿਹਾਸ ਦਾ ਬੇਹੱਦ ਸ਼ਾਨਾ ਮੱਤਾ ਦੇਣਾ, ਬੇਹੱਦ ਸ਼ਾਨਾ ਮੱਤਾ ਪੰਨਾ, ਕਿ ਇਸ ਧਰਤੀ 'ਤੇ ਪਹਿਲੀ ਵਾਰ ਸਿੱਖ ਰਾਜ ਸੀ ਜਿਹੜਾ, ਉਹਦੀ ਰਸਮੀ ਤੌਰ 'ਤੇ ਲੋਕਤੰਤਰੀ ਢੰਗ ਤਰੀਕੇ ਦੇ ਨਾਲ ਅੱਜ ਦੇ ਦਿਨ ਜਿਹੜੀ ਨੀਂਹ ਆ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਧਰਤੀ 'ਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਦੁਨੀਆ ਨੂੰ ਪਹਿਲੀ ਵਾਰੀ ਲੋਕਤੰਤਰੀ ਭਾਵ ਲੋਕਾਂ ਦਾ ਰਾਜ ਦਿੱਤਾ, ਇਸ ਦੇ ਬਾਰੇ ਤੁਹਾਡੀ ਕੀ ਟਿੱਪਣੀ ਹੈ? ਬੀਬਾ, ਬੜੀ ਮਤਲਬ ਹੈਰਾਨੀ ਵਾਲੀ ਗੱਲ ਇਹ ਆ ਕਿ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਮਤਲਬ ਗੁਰੂ ਸਾਹਿਬ ਦਾ ਥਾਪੜਾ ਲੈ ਕੇ, ਗੁਰੂ ਸਾਹਿਬ ਤੋਂ 5 ਤੀਰਾਂ ਦੀ ਬਖਸ਼ਿਸ਼ ਲੈ ਕੇ, ਗੁਰੂ ਸਾਹਿਬ ਦੇ ਤੋਂ 5 ਸਿੰਘਾਂ ਨੂੰ ਨਾਲ ਲੈ ਕੇ ਸਰਹੰਦ 'ਤੇ ਕਬਜ਼ਾ ਕੀਤਾ, 800 ਸਾਲ ਦੀ ਜਿਹੜੀ ਸਥਾਪਤ ਮੁਗਲ ਸਨਅਤ ਸੀ, ਮੁਗਲ ਸਨਅਤ ਸੀ ਜਾਂ ਮੁਗਲ ਰਾਜ ਸੀ ਜਿਹੜਾ, ਉਹਦੀ ਜੜ ਪੱਟਤੀ, 800 ਰਾਜ ਦੀ, ਮੁਗਲ ਰਾਜ ਦੀ ਜੜ ਪੱਟੀ ਉਹਨਾਂ ਨੇ ਕਿੰਨੇ ਸਮੇਂ ਦੇ ਵਿੱਚ। ਸੋ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਖਾਲਸਾ ਰਾਜ ਸੀ ਉਹਦੀ ਨੀਂਹ ਰੱਖੀ। ਅਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਦੁਨੀਆ ਦਾ ਸਭ ਤੋਂ ਪਹਿਲਾ ਲੋਕਤੰਤਰੀ ਰਾਜ 1710 ਉਸ ਈਸਵੀ ਦੇ ਵਿੱਚ, ਜਦੋਂ ਮਤਲਬ ਹਾਕਮਾਂ ਦਾ ਜਿਹੜਾ ਰਾਜਿਆਂ ਮਹਾਰਾਜਿਆਂ ਦੇ ਰਾਜ ਦੀ ਪਰੰਪਰਾ ਸੀ ਜਿਹੜੀ, ਉਹ ਪਿਰਤ ਚੱਲ ਰਹੀ ਸੀ, ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਤਲਬ ਜਿਹੜੀ ਸਾਰੀ ਸ਼ਕਤੀ ਸੀ ਰਾਜ ਦੀ, ਜਿਹੜੀ ਸਾਰੀ ਸ਼ਕਤੀ ਸੀ ਉਹ ਰਾਜ ਦੇ ਲੋਕਾਂ ਨੂੰ, ਵਿਸ਼ੇਸ਼ ਤੌਰ 'ਤੇ ਗਰੀਬ ਵਰਗ ਨੂੰ,
ਸੋ ਉਹਨਾਂ ਨੇ ਜਿਹੜਾ ਉਹਨਾਂ ਦੇ ਰਾਜ ਦਾ ਗਰੀਬ ਵਰਗ ਸੀ ਉਹਨਾਂ ਨੂੰ ਇੱਕ ਤਾਕਤ ਦਿੱਤੀ, ਅਤੇ ਦੂਸਰੇ ਪਾਸੇ ਉਹਨਾਂ ਨੇ ਮਤਲਬ ਜਿਹੜੇ ਅਮੀਰ ਵਰਗ ਸੀ ਜਿਹੜਾ ਉਹ ਜਿਹੜਾ ਜਗੀਰਦਾਰੀ ਵਰਗ ਸੀ ਜਿਹੜਾ ਉਹਦਾ ਉਹਦੀ ਉਹਨਾਂ ਨੇ ਇੱਕ ਤਰ੍ਹਾਂ ਦੀ ਸਮਾਪਤੀ ਕਰਤੀ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਅੱਜ ਦੇ ਦਿਨ ਉਹਨਾਂ ਨੇ ਜੇ ਦਰਬਾਰੇ ਖਾਲਸਾ ਲਾਇਆ ਅਤੇ ਦਰਬਾਰੇ ਖਾਲਸਾ ਦੇ ਵਿੱਚ ਉਹਨਾਂ ਨੇ ਜਿਹੜੇ ਮਤਲਬ ਪਹਿਲੇ ਹੁਕਮ ਜਾਰੀ ਕੀਤੇ, ਪਹਿਲੇ ਆਦੇਸ਼ ਜਾਰੀ ਕੀਤੇ, ਜਾਂ ਜਿਹੜਾ ਇੱਕ ਤਰ੍ਹਾਂ ਦਾ ਸੰਵਿਧਾਨ ਜਾਰੀ ਕੀਤਾ ਆਪਣੇ ਰਾਜ ਦਾ, ਖਾਲਸਾ ਰਾਜ ਦਾ, ਉਹਦੇ ਵਿੱਚ ਜਿਹੜੀ ਸਭ ਤੋਂ ਪਹਿਲ ਦਿੱਤੀ ਗਈ ਉਹ ਆਪਣੇ ਜਿਹੜੇ ਆਮ ਲੋਕ ਸੀ, ਜਿਹੜੇ ਗਰੀਬ ਵਰਗ ਸੀ, ਜਿਹੜਾ ਦਲਿਤ ਵਰਗ ਸੀ, ਜਿਹੜਾ ਉਹਨਾਂ ਸਾਰਿਆਂ ਨੂੰ ਅਧਿਕਾਰ ਦੇਣ ਦੀ। ਸੋ ਉਹ ਲੋਕਤੰਤਰੀ ਰਾਜ ਆ ਜਿਹੜਾ ਜਿਹੜਾ ਮਤਲਬ ਬਾਬਾ ਬੰਦਾ ਸਿੰਘ ਬਹਾਦਰ ਨੇ ਖੁਦ ਨੂੰ ਰਾਜਾ ਜਾਂ ਮਹਾਰਾਜਾ ਨਹੀਂ ਐਲਾਨਿਆ। ਉਹਨਾਂ ਨੇ ਜੇ ਸਿੱਕੇ ਜਾਰੀ ਕੀਤੇ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਜਾਰੀ ਕੀਤੇ। ਜੇ ਉਹਨਾਂ ਨੇ ਮੋਹਰ ਜਾਰੀ ਕੀਤੀ ਤਾਂ ਵੀ ਉਹ ਗੁਰੂਆਂ ਦੇ ਨਾਮ 'ਤੇ ਜਾਰੀ ਕੀਤੀ, ਅਤੇ ਉਹਨਾਂ ਨੇ ਸਿਰਫ ਆਪਣੇ ਆਪ ਨੂੰ ਗੁਰੂ ਦਾ ਬੰਦਾ ਕਹਾਇਆ। ਸੋ ਇੱਕ ਰਾਜੇ ਵੱਲੋਂ ਇਸ ਹਲੀਮੀ ਦੇ ਨਾਲ, ਮਤਲਬ ਇਹ ਦੁਨੀਆ ਦਾ ਪਹਿਲਾ ਰਾਜ ਸੀ ਜਿੱਥੇ ਜਿਹੜਾ ਰਾਜਾ ਸੀ ਉਹ ਕਹਿੰਦਾ ਸੀ ਮੈਂ ਰਾਜਾ ਨਹੀਂ, ਇਹ ਗੁਰੂ ਦਾ ਰਾਜ ਆ, ਗੁਰੂ ਦੇ ਸਿੱਖਾਂ ਦਾ, ਗੁਰੂ ਦੀ ਸੰਗਤ ਦਾ ਰਾਜ ਆ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਇਹ ਸਿੱਖੀ ਦੀ ਜਿਹੜੀ ਮਹਾਨ ਪਰੰਪਰਾ, ਮਹਾਨ ਪਿਰਤ ਸੀ, ਉਹਨੂੰ ਮਤਲਬ ਸ਼ਕਤੀ ਪ੍ਰਾਪਤ ਕਰਨ ਤੋਂ ਬਾਅਦ ਉਸ ਪਿਰਤ ਨੂੰ ਉਹਨਾਂ ਨੇ ਉਸੇ ਤਰ੍ਹਾਂ ਨਿਰੰਤਰ ਅੱਗੇ ਜਾਰੀ ਰੱਖਿਆ। ਸੋ ਇਹ ਇੱਕ ਬਹੁਤ ਵੱਡੀ ਉਹਨਾਂ ਦੀ ਬਹੁਤ ਵੱਡੀ ਮਹਾਨ ਦੇਣ ਆ, ਜਿਹਦੇ 'ਤੇ ਸਿੱਖ ਕੌਮ ਜਿੰਨਾ ਮਾਣ ਕਰ ਸਕੇ ਉਨਾ ਥੋੜ੍ਹਾ। ਅੱਜ ਦੁਨੀਆ ਦੇ ਵਿੱਚ ਜੇ ਗੱਲ ਕੀਤੀ ਜਾਂਦੀ ਹੈ ਕੋਈ, ਜੇ ਅਸੀਂ ਸਾਮਰਾਜਵਾਦ ਦੀ ਗੱਲ ਕਰਦੇ ਹਾਂ, ਅਮਰੀਕਾ ਵਰਗੇ ਮੁਲਕਾਂ ਦੀ ਗੱਲ ਕਰਦੇ ਹਾਂ, ਸੋ ਉਹ ਮੁਲਕ ਨੇ ਜਿਹੜੇ ਉਹ ਜਿਹੜੀ ਉਹਨਾਂ ਦੀ ਜਿਹੜੀ ਸ਼ਕਤੀ ਦੀ ਗੱਲ ਹੈ ਉਹ ਕਿਸ ਹੱਦ ਆ। ਜੇ ਸਮਾਜਵਾਦ ਵਾਲੇ ਜਿਹੜੇ ਕਮਿਊਨਿਸਟ ਦੇਸ਼ ਨੇ ਜਿਹੜੇ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਅਤੇ ਉਹ ਆਰਥਿਕ ਬਰਾਬਰੀ ਦੀ ਗੱਲ ਕਰਦੇ ਨੇ, ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਇਸ ਦੁਨੀਆ ਦੇ ਵਿੱਚ, ਜੇ ਅੱਜ ਜੇ ਅਸੀਂ ਕਮਿਊਨਿਸਟ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਵੱਡੀ ਉਹ ਵਿਚਾਰਧਾਰਾ ਕਿਸੇ ਹੋਰ ਰਾਜ ਵਿੱਚ ਦਿਖਾਈ ਨਹੀਂ ਦੇ ਸਕਦੀ। ਜੇ ਅਸੀਂ ਆਰਥਿਕ ਬਰਾਬਰੀ ਦੀ ਗੱਲ ਕਰੀਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਰਾਜ ਦਿੱਤਾ ਉਸ ਤੋਂ ਵੱਧ ਕਿਸੇ ਹੋਰ ਸਿਧਾਂਤ ਵਿੱਚ, ਹੋਰ ਕਿਸੇ ਸੋਚ ਵਿੱਚ ਉਹ ਗੱਲ ਆ ਜਿਹੜੀ ਦਿਖਾਈ ਨਹੀਂ ਦੇ ਸਕਦੀ। ਸੋ ਦੁਨੀਆ ਨੂੰ ਇੱਕ ਸੰਪੂਰਨ ਰਾਜ ਆ ਜਿਹੜਾ ਬਿਲਕੁਲ ਮਨੁੱਖਤਾ ਦੀ ਬਰਾਬਰੀ ਵਾਲਾ ਰਾਜ ਆ ਜਿਹੜਾ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਇਸ ਦੁਨੀਆ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਔਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਸੀ ਉਹਨਾਂ ਦੀ ਅਗਵਾਈ ਲੈਂਦਿਆਂ ਹੋਇਆ ਬਿਲਕੁਲ ਐਲਾਨ ਕਰਕੇ ਕਿ ਇਹ ਰਾਜ ਆ ਜਿਹੜਾ ਇਹ ਰਾਜ ਆ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੇ ਹੋਏ ਸਿਧਾਂਤਾਂ ਦਾ ਰਾਜ ਆ। ਜਿਵੇਂ ਕਿ ਤੁਸੀਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਰਾਜ ਦੇ ਵਿੱਚ ਸਿੱਕੇ ਜਾਰੀ ਕੀਤੇ, ਤੁਸੀਂ ਸਾਨੂੰ ਇਹ ਦੱਸੋ ਕਿ ਉਹ ਸਿੱਕੇ ਕਿਹੜੇ ਕਿਹੜੇ ਸਨ ਅਤੇ ਕਿਸ ਦੇ ਨਾਮ 'ਤੇ ਜਾਰੀ ਕੀਤੇ ਗਏ? ਹਾਂ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਦੋ ਸਿੱਕੇ ਜਾਰੀ ਕੀਤੇ, ਸੋ ਉਹਨੇ ਦੋਨੇ ਸਿੱਕੇ ਸੀ ਜਿਹੜੇ ਉਹ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਜਾਰੀ ਕੀਤੇ, ਅਤੇ ਇੱਕ ਉਹਨੇ ਮੋਹਰ ਜਿਹੜੀ ਜਾਰੀ ਕੀਤੀ ਉਹ ਵੀ ਉਹਨੇ ਗੁਰੂ ਸਾਹਿਬਾਨ ਦੇ ਨਾਮ 'ਤੇ ਜਾਰੀ ਕੀਤੀ। ਅਤੇ ਉਹਨੇ ਕਿਹਾ ਸੀਗਾ ਕਿ ਗੁਰੂ ਦੀ ਫਤਿਹ ਆ, ਗੁਰੂ ਦਾ ਰਾਜ ਆ, ਅਤੇ ਗੁਰੂ ਦੀ ਤੇਗ ਆ, ਗੁਰੂ ਦੀ ਫਤਿਹ ਆ, ਮਤਲਬ ਉਹਨੇ ਕੋਈ ਵੀ ਜਿਹੜਾ ਮਤਲਬ ਸਿਹਰਾ ਸੀ, ਜਿਹੜਾ ਜਿੱਤ ਦਾ ਸਿਹਰਾ, ਰਾਜ ਸਥਾਪਿਤ ਕਰਨ ਦਾ ਸਿਹਰਾ, ਉਹ ਉਹਨੇ ਆਪਣੇ ਸਿਰ ਨਹੀਂ ਲਿਆ, ਉਹਨੇ ਸਾਰਾ ਕੁਝ ਜਿਹੜਾ ਗੁਰੂ ਦੇ ਆਸ਼ੀਰਵਾਦ, ਗੁਰੂ ਦੇ ਮਿਹਰ ਸਦਕਾ ਪ੍ਰਾਪਤ ਆ ਉਹ ਦੱਸਿਆ। ਸੋ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ ਭਾਵੇਂ ਕਿ ਜਿਨ੍ਹਾਂ ਨੇ ਉਹਨਾਂ ਨੂੰ ਬਾਅਦ ਵਿੱਚ ਬਦਨਾਮ ਕਰਨ ਦੀ ਗੱਲ ਵੀ ਕੀਤੀ ਆ, ਉਹਨਾਂ ਨੇ ਇਹ ਗੱਲ ਕੀਤੀ ਆ ਕਿ ਉਹਨੇ ਆਪਣੇ ਨਾਂ ਦੇ ਸਿੱਕੇ ਜਾਰੀ ਕੀਤੇ ਜਾ ਕੀਤਾ, ਪਰੰਤੂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਦੋਨੇ ਸਿੱਕੇ ਜਾਰੀ ਕੀਤੇ ਉਹ ਦੋਨੇ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ
ਸਿੰਘ ਜੀ ਦੇ ਨਾਮ 'ਤੇ ਸੀ, ਜਿਹੜੀ ਮੋਹਰ ਜਾਰੀ ਕੀਤੀ ਉਹ ਵੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਸੀ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਪੂਰਨ ਰੂਪ ਵਿੱਚ ਜਿਹੜਾ ਖਾਲਸਾ ਰਾਜ ਸੀ ਉਹਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਗਵਾਈ 'ਚ ਉਹਨਾਂ ਦੇ ਆਸ਼ੀਰਵਾਦ ਸਦਕਾ ਉਹਨਾਂ ਦੀ ਮਿਹਰ ਸਦਕਾ ਹੀ ਉਹਨੇ ਮਤਲਬ ਸਾਰਾ ਐਲਾਨ ਆ ਜਿਹੜੇ ਉਹ ਸਾਰੇ ਗੁਰੂ ਸਾਹਿਬਾਨ ਦੇ ਨਾਮ 'ਤੇ ਕੀਤੇ। ਆਖਿਆ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਧਰਤੀ ਦੇ ਉੱਤੋਂ ਜਗੀਰਦਾਰੀ ਰਾਜ ਖਤਮ ਕਰਕੇ ਆਮ ਲੋਕਾਂ ਨੂੰ ਰਾਜੇ ਬਣਾਇਆ ਸੀ। ਤੁਸੀਂ ਇਸ ਦੇ ਬਾਰੇ ਜ਼ਰਾ ਵਿਸਥਾਰ ਨਾਲ ਦੱਸੋ। ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਰਾਜ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ 27 ਮਈ ਵਾਲੇ ਦਿਨ 1710 ਨੂੰ ਜਦੋਂ ਉਹਨਾਂ ਨੇ ਆਪਣਾ ਪਹਿਲਾ ਦਰਬਾਰੇ ਖਾਲਸਾ ਲਾਇਆ ਅਤੇ ਉਹਦੇ ਵਿੱਚ ਜਿਹੜੇ ਉਹਨਾਂ ਦੇ ਅਹਿਮ ਐਲਾਨ ਸੀ ਜਿਹੜੇ ਕੀਤੇ ਆਪਣੇ ਰਾਜ ਦੀ ਜਿਹੜੀ ਦਿਸ਼ਾ ਨਿਰਦੇਸ਼ ਜਿਹੜੇ ਉਹਨਾਂ ਨੇ ਜਾਰੀ ਕੀਤੇ ਅਤੇ ਉਹਨਾਂ ਦਾ ਜਿਹੜਾ ਪਹਿਲਾ ਹੁਕਮ ਸੀ ਉਹ ਇਹ ਸੀ ਕਿ ਜਿਹੜੇ ਜਾਗੀਰਦਾਰ ਨੇ ਉਸ ਵੇਲੇ ਜਾਗੀਰਦਾਰੀ ਪ੍ਰਥਾ ਸੀ ਜਾਗੀਰਦਾਰੀ ਸੀ ਸੋ ਜਿਹੜੇ ਜ਼ਮੀਨ ਦੀ ਵਾਹੀ ਕਰਨ ਵਾਲੇ ਸੀ ਉਹਨਾਂ ਨੂੰ ਮਜਾਰੇ ਕਿਹਾ ਜਾਂਦਾ ਸੀ। ਉਹ ਸਿਰਫ ਜ਼ਮੀਨ ਦੀ ਵਾਹੀ ਕਰਦੇ ਸੀ ਅਤੇ ਜਿਹੜੀ ਸਾਰੀ ਉਪਜ ਜਿਹੜੀ ਫਸਲ ਸੀ ਉਹਦੀ ਜਿਹੜੀ ਪੈਦਾਵਾਰ ਸੀ ਉਹ ਸਾਰੀ ਦੀ ਸਾਰੀ ਜਾਗੀਰਦਾਰ ਕੋਲ ਜਾਂਦੀ ਸੀ ਅਤੇ ਉਹਦੇ ਵਿੱਚ ਉਹ ਥੋੜ੍ਹਾ ਬਹੁਤਾ ਹਿੱਸਾ ਸੀ ਜਿਹੜਾ ਉਹਨਾਂ ਨੂੰ ਦੇ ਦਿੱਤਾ ਸੀ। ਸੋ ਦਲਿਤਾਂ ਦਾ ਜਿਹੜਾ ਜੀਵਨ ਸੀ ਉਸ ਵੇਲੇ ਉਹ ਵੀ ਬੇਹੱਦ ਤਰਸਯੋਗ ਸੀ ਕਿਉਂਕਿ ਉਹਨਾਂ ਲਈ ਕੋਈ ਕਿਸੇ ਤਰ੍ਹਾਂ ਦਾ ਆਮਦਨ ਦਾ ਸਾਧਨ ਨਹੀਂ ਸੀ। ਸੋ ਜੇ ਅੱਜ ਪੰਜਾਬ ਦਾ ਕਿਸਾਨ ਆ ਜਿਹੜਾ ਉਹ ਆਪਣੀ ਜ਼ਮੀਨ ਦਾ ਮਾਲਕ ਆ ਉਹ ਆਪਣੇ ਆਪ ਨੂੰ ਜੱਟ ਕਹਾਉਂਦਾ ਅਤੇ ਉਹ ਸਾਰੀ ਦੀ ਸਾਰੀ ਦੇਣ ਆ ਜਿਹੜੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਆ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੇ ਦਿਨ ਇਹ ਐਲਾਨ ਕੀਤਾ ਸੀ ਕਿ ਅੱਜ ਤੋਂ ਬਾਅਦ ਜਿਹੜੇ ਲੋਕ ਜ਼ਮੀਨ ਵਾਹੁੰਦੇ ਨੇ ਉਹ ਜ਼ਮੀਨ ਦੇ ਮਾਲਕ ਹੋਣਗੇ। ਦੂਜੀ ਜਿਹੜੀ ਮਹਾਨ ਗੱਲ ਉਹਨਾਂ ਨੇ ਕੀਤੀ ਕਿ ਜਦੋਂ ਇਹ ਲੋਕ ਜਿਹੜੇ ਜ਼ਮੀਨ ਵਾਹੁਣ ਵਾਲੇ ਅੱਜ ਤੋਂ ਬਾਅਦ ਉਸ ਜ਼ਮੀਨ ਦੇ ਮਾਲਕ ਬਣਦੇ ਨੇ ਜੇ ਉਹ ਕਦੇ ਆਪਣੇ ਉਹ ਜਿਹੜਾ ਜਾਗੀਰਦਾਰ ਹੁੰਦਾ ਸੀ ਉਹਨਾਂ ਦਾ ਉਹਦੇ ਕੋਲੋਂ ਲੰਘਦੇ ਨੇ ਤਾਂ ਜਾਗੀਰਦਾਰ ਦਾ ਫਰਜ਼ ਹੋਊਗਾ ਕਿ ਉਹਨਾਂ ਨੂੰ ਚੁੱਕ ਕੇ ਸਲਾਮ ਕਰੂਗਾ। ਸੋ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਐਡੀ ਵੱਡੀ ਮਹਾਨ ਆਰਥਿਕ ਬਰਾਬਰਤਾ ਦੀ ਜਿਹੜੀ ਇਹ ਸੋਚ ਹੈ ਜਿਹੜੀ ਉਹਨਾਂ ਨੇ ਪਹਿਲੇ ਦਿਨ ਜਾਰੀ ਕੀਤੀ ਸੋ ਉਹਦੇ ਅੱਗੇ ਮੈਂ ਸਮਝਦਾ ਕਿ ਵੱਡੇ ਵੱਡਾ ਸਿਰ ਨੇ ਜਿਹੜੇ ਉਹ ਝੁਕਣ ਵਾਲੀ ਗੱਲ ਹੈ ਕਿ ਜਿਹੜਾ ਇਸ ਲਈ ਪਹਿਲਾਂ ਵੀ ਗੱਲ ਕੀਤੀ ਆ ਕਿ ਅੱਜ ਵੱਡੇ ਵੱਡੇ ਸਿਧਾਂਤਾਂ ਦੀ ਮਾਰਕਸਵਾਦ ਦੀ ਕੌਮਨਿਸਟ ਦੀ ਜਾਂ ਦੂਸਰੇ ਅਮੈਰੀਕਾ ਵਾਲੇ ਸਿਧਾਂਤ ਨੇ ਜਿਹੜੇ ਕੋਈ ਪੂੰਜੀਵਾਦੀ ਸਿਧਾਂਤ ਆ ਕੋਈ ਕੌਮਨਿਜ਼ਮ ਵਾਲਾ ਸਿਧਾਂਤ ਆ ਉਹਨਾਂ ਸਾਰੇ ਸਿਧਾਂਤਾਂ ਦਾ ਜਿਹੜਾ ਨਿਚੋੜ ਆ ਹਾਲਾਂਕਿ ਇਹ ਬਾਅਦ ਵਿੱਚ ਪੈਦਾ ਹੋਏ ਨੇ ਸਾਰੇ ਸਿਧਾਂਤ ਪਰੰਤੂ ਇਹਨਾਂ ਦਾ ਜਿਹੜਾ ਨਿਚੋੜ ਆ ਉਹ ਪਹਿਲਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਈਸਵੀ ਵਿੱਚ ਕੱਢ ਕੇ ਖਾਲਸਾ ਰਾਜ ਦੀ ਸਥਾਪਨਾ ਵੇਲੇ ਉਹਦੀ ਬੁਨਿਆਦ ਬਣਾ ਕੇ ਰੱਖੀ ਹੈ ਗੱਲ। ਸੋ ਜ਼ਮੀਨ ਦੇ ਜਿਹੜੇ ਮਜਾਰੇ ਸੀ ਜ਼ਮੀਨ ਦੇ ਬਾਹੀ ਵਾਹੁਣ ਵਾਲੇ ਸੀ ਉਹਨਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ। ਜਿਹੜਾ ਉਸ ਵੇਲੇ ਦਾ ਦਲਿਤ ਵਰਗ ਸੀ ਉਹਨੂੰ ਉਹਨਾਂ ਨੇ ਬਰਾਬਰੀ ਦਿੱਤੀ ਕਿ ਅੱਜ ਤੋਂ ਬਾਅਦ ਕੋਈ ਵੀ ਇੱਥੇ ਆਰਥਿਕ ਵੰਡ ਕਾਰਨ ਕੋਈ ਨੀਵਾਂ ਨਹੀਂ ਹੋਊਗਾ, ਸਾਰੇ ਬਰਾਬਰ ਹੋਣਗੇ, ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਹੋਣਗੇ। ਸੋ ਦੁਨੀਆ ਦਾ ਪਹਿਲਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਦਾ ਜਿੱਥੇ ਹਰ ਮਨੁੱਖ ਨੂੰ ਬਰਾਬਰੀ ਦਾ ਅਧਿਕਾਰ ਪ੍ਰਾਪਤ ਹੋਇਆ, ਹਰ ਮਨੁੱਖ ਨੂੰ ਕੁਦਰਤ ਦੀ ਜਿਹੜੀ ਦੇਣ ਆ, ਧਰਤੀ ਵੀ ਕੁਦਰਤ ਦੀ ਦੇਣ ਆ, ਸੋ ਕੁਦਰਤ ਦੀ ਜਿਹੜੀ ਦੇਣ ਆ, ਕੁਦਰਤ ਦੇ ਜਿਹੜੇ ਸਾਧਨ ਆ, ਉਹਨਾਂ 'ਤੇ ਬਰਾਬਰੀ ਦਾ ਅਧਿਕਾਰ ਆ ਜਿਹੜਾ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਅਤੇ ਉਹਨਾਂ ਨੇ ਜਿੰਨੇ ਵੀ ਉਸ ਸਮੇਂ ਦੇ ਮਜਾਰੇ ਸੀ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਤਾ। ਉਹ ਜ਼ਮੀਨਾਂ ਵਾਹੁਣ, ਆਪਣੀਆਂ ਫਸਲਾਂ, ਆਪਣੀ ਪੈਦਾਵਾਰ ਉਹਨਾਂ ਦੀ ਮਾਲਕੀ ਸੀ, ਸਿਰਫ ਤੀਜਾ ਹਿੱਸਾ ਸੀ ਜਿਹੜਾ ਉਹ ਸਰਕਾਰ ਨੂੰ ਲਗਾ ਦਿੰਦੇ ਸੀ। ਸੋ ਜਿਹੜੀ ਮੈਂ ਵੀ ਪਹਿਲਾਂ ਵੀ ਗੱਲ ਕੀਤੀ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਬੈਠਿਆਂ
ਸਰਹੰਦ ਦੇ ਮਾਲਕ ਬਣਾਏ, ਦੂਸਰਾ ਥਨੇਸਰ ਦੇ ਮਾਲਕ ਸੀ ਜਿਹੜੇ ਉਹ ਬਾਬਾ ਵਿਨੋਦ ਸਿੰਘ ਹੋਰਾਂ ਨੂੰ ਸੌਂਪਿਆ। ਸੋ ਉਹਨਾਂ ਨੇ ਜਿਹੜੀ ਵੰਡ ਸੀ, ਜਿਹੜੀ ਆਪਣੇ ਅਧਿਕਾਰਾਂ ਦੀ ਵੰਡ ਸੀ, ਤਾਕਤ ਦੀ ਵੰਡ ਸੀ ਜਿਹੜੀ, ਉਹ ਉਹਨਾਂ ਨੇ ਉਸੇ ਸਮੇਂ ਆਪਣੇ ਰਾਜ ਦੀ ਸਥਾਪਨਾ ਦੇ ਸਮੇਂ ਪਹਿਲੇ ਦਰਬਾਰੇ ਖਾਲਸਾ 'ਚ ਉਹਨਾਂ ਨੇ ਸਮੁੱਚੀ ਜਿਹੜੀ ਆਪਣੀ ਤਾਕਤ ਸੀ ਉਹਦਾ ਵਿਕੇਂਦਰੀਕਰਨ ਕੀਤਾ ਥੱਲੇ ਤੱਕ, ਸੂਬੇਦਾਰ, ਨਾਇਬ ਸੂਬੇਦਾਰ, ਉਸ ਤੋਂ ਬਾਅਦ ਜਿਹੜੇ ਮਤਲਬ ਛੋਟੇ ਛੋਟੇ ਹਿੱਸੇ ਸੀ ਉਹਨਾਂ ਦੇ ਵੀ ਉਹਨਾਂ ਨੇ ਉਸ ਸਮੇਂ ਜਿਹੜੀ ਤਾਕਤ ਸੀ ਉਹਨਾਂ ਨੂੰ ਵੰਡਤੀ ਕਿ ਇੰਨਾ ਪਿੰਡਾਂ ਦਾ ਤੂੰ ਮਾਲਕ ਆ, ਇੰਨੇ ਇਸ ਤੋਂ ਅੱਗੇ ਇਹ ਅਤੇ ਇਸ ਤੋਂ ਅੱਗੇ। ਸੋ ਪਹਿਲੀ ਵਾਰ ਮਤਲਬ ਉਸ ਸਮੇਂ ਦੇ ਵਿੱਚ ਇਹ ਹੋਇਆ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਤਾਕਤ ਆ ਜਿਹੜੀ ਉਹ ਥੱਲੇ ਤੱਕ ਆਈ, ਹਰ ਗਰੀਬ ਬੰਦਾ ਸੀ ਜਿਹੜਾ ਉਹਨੂੰ ਬਰਾਬਰੀ ਦਾ ਅਧਿਕਾਰ ਦਿੱਤਾ, ਉਹਨੂੰ ਅਮੀਰਾਂ ਦੀ ਸ਼੍ਰੇਣੀ 'ਚ ਖੜ੍ਹਾ ਕੀਤਾ। ਸੋ ਇਸ ਤਰ੍ਹਾਂ ਦਾ ਰਾਜ ਆ ਜਿਹੜਾ ਮੈਂ ਸਮਝਦਾ ਕਿ ਆਦਰਸ਼ ਰਾਜ ਆ ਜਿਹੜਾ ਉਸ ਰਾਜ ਦੀ ਅੱਜ ਦੁਨੀਆ ਦੇ ਵਿੱਚ ਚਰਚਾ ਹੋਣੀ ਚਾਹੀਦੀ ਸੀ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਿਤ ਰਾਜ ਦੇ ਜਿਹੜੇ ਆਦਰਸ਼ ਸੀ ਉਹ ਅੱਜ ਸਮੁੱਚੀ ਦੁਨੀਆ ਦੇ ਵਿੱਚ ਜਾਣੇ ਚਾਹੀਦੇ ਸੀ। ਪਰੰਤੂ ਸਾਡੀ ਕੌਮ ਦੀ ਤਰਾਸਦੀ ਆ ਕਿ ਸਾਡੇ ਕੋਲ ਇੰਨਾ ਮਹਾਨ ਖਜ਼ਾਨਾ ਹੁੰਦਿਆਂ ਹੋਇਆਂ ਅਸੀਂ ਦੁਨੀਆ ਤੱਕ ਉਸ ਮਹਾਨ ਖਜ਼ਾਨੇ ਦੀ ਰੋਸ਼ਨੀ ਆ ਉਹ ਲੈ ਕੇ ਨਹੀਂ ਜਾ ਸਕੇ। ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਇੰਨਾ ਆਦਰਸ਼ਵਾਦੀ ਰਾਜ ਪਾਕ ਚਲਾਉਣ ਦੇ ਬਾਵਜੂਦ ਤੁਸੀਂ ਸਾਨੂੰ ਇਹ ਦੱਸੋ ਕਿ ਉਹਨਾਂ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ ਅਤੇ ਕਿਉਂ ਬਣਾਇਆ? ਹਬੀਬ ਭਾਅ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਸਰਹੰਦ ਸੀ ਜਿਹੜਾ ਉਸ ਸਮੇਂ ਮਤਲਬ ਜੇ ਅਸੀਂ ਦੱਸਦੇ ਕਿ ਬਹੁਤ ਅਹਿਮ ਕੇਂਦਰ ਸੀ ਅਤੇ ਮੁਗਲਾਂ ਦਾ ਉਹਦੇ 'ਤੇ ਰਾਜ ਸਿਰਿਆ। ਸਰਹੰਦ ਦਾ ਜਿਹੜਾ ਮਤਲਬ ਇੱਕ ਬੜਾ ਅਹਿਮ ਸੂਬੇ ਵਜੋਂ ਜਾਣਿਆ ਜਾਂਦਾ ਰਿਹਾ ਅਤੇ ਸਰਹੰਦ 'ਤੇ ਕਬਜ਼ਾ ਕਰਨ ਤੋਂ ਬਾਅਦ, ਪਹਿਲਾ ਦਰਬਾਰੇ ਖਾਲਸਾ ਲਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਤਿਆਗਤਾ ਅਤੇ ਉਹਨਾਂ ਨੇ ਆਪਣੀ ਜਿਹੜੀ ਰਾਜਧਾਨੀ ਸੀ ਉਹ ਲੋਹਗੜ੍ਹ ਬਣਾਈ, ਜਿਹੜਾ ਪਹਾੜੀ ਏਰੀਏ ਦੇ ਵਿੱਚ ਯਮੁਨਾਨਗਰ ਤੋਂ ਅੱਗੇ ਜਾ ਕੇ ਆ। ਸੋ ਉਹਨਾਂ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਵਜੋਂ ਸਥਾਪਿਤ ਕੀਤਾ। ਸੋ ਉਹਦੇ ਪਿੱਛੇ ਕਾਰਨ ਮੈਂ ਉਹ ਜਿਹੜੀ ਪਹਿਲੀ ਗੱਲ 'ਤੇ ਆਉਣਾ ਕਿ ਬਾਬਾ ਬੰਦਾ ਸਿੰਘ ਬਹਾਦਰ ਕੋਲ ਜਿੱਥੇ ਮਤਲਬ ਜਰਨੈਲ ਦੀ ਬਹੁਤ ਵੱਡੀ ਯੋਗਤਾ ਸੀ ਕਿ ਐਡੀ ਵੱਡੀ ਮੁਗਲੀਆ ਸਲਤਨਤ ਸੀ ਜਿਹੜੀ ਉਹਨੂੰ ਉਹਨਾਂ ਨੇ ਤਹਿਸ ਨਹਿਸ ਕਰਤਾ। ਵਜ਼ੀਰ ਖਾਂ ਵਰਗਾ ਸੀ ਜਿਹੜਾ ਉਹਦੀ ਐਡੀ ਵੱਡੀ ਬੌਸ ਸੀ ਉਹਨੂੰ ਹਰਾਇਆ, ਵਜ਼ੀਰ ਖਾਂ ਦਾ ਜਿਸ ਤਰ੍ਹਾਂ ਜੋ ਅੰਤ ਹੋਇਆ। ਸੋ ਉਹ ਸਾਰਾ ਕੁਝ ਦੇਖਣ ਤੋਂ ਬਾਅਦ ਅਤੇ ਜਿਸ ਤਰ੍ਹਾਂ ਉਹਨਾਂ ਨੇ ਚੱਪੜਚਿੜੀ ਦੇ ਮੈਦਾਨ 'ਚ ਅਤੇ ਉਸ ਤੋਂ ਬਾਅਦ ਸਰਹੰਦ ਦੇ ਮੈਦਾਨ 'ਚ ਆਪਣੀ ਫੌਜ ਦੀ ਅਗਵਾਈ ਕਰਕੇ ਜਿੱਤ ਹਾਸਲ ਕੀਤੀ, ਮੂਹਰੇ ਜਿਹੜੀ ਸਾਹਮਣੇ ਫੌਜ ਸੀ ਜਿਹੜੀ ਮੁਗਲਾਂ ਦੀ ਫੌਜ ਸੀ ਵਜ਼ੀਰ ਖਾਂ ਦੀ, ਉਹ ਕਈ ਗੁਣਾ ਉਹਨਾਂ ਤੋਂ ਗਿਣਤੀ 'ਚ ਵੀ ਵੱਧ ਸੀ, ਤਾਕਤ 'ਚ ਵੀ ਵੱਧ ਸੀ, ਹਥਿਆਰਾਂ ਵਜੋਂ ਵੀ ਵੱਧ ਸੀ। ਪਰੰਤੂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਗੁਣ ਸੀ, ਜਿਹੜਾ ਅਗਵਾਈ ਕਰਨ ਦਾ ਗੁਣ ਸੀ, ਫੌਜ ਦੇ ਜਰਨੈਲ ਵਾਲਾ ਜਿਹੜਾ ਗੁਣ ਸੀ, ਉਸ ਗੁਣ ਦੇ ਕਾਰਨ ਉਹਨਾਂ ਨੇ ਜਿੱਤ ਹਾਸਲ ਕੀਤੀ। ਤੋ ਉਸੇ ਗੁਣ ਨੂੰ ਹੀ ਦੇਖਦਿਆਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਬਜਾਏ ਸਰਹੰਦ ਦੇ ਲੋਹਗੜ੍ਹ ਨੂੰ ਆਪਣੀ ਜਿਹੜੀ ਰਾਜਧਾਨੀ ਵਜੋਂ ਚੁਣਿਆ, ਕਿਉਂਕਿ ਲੋਹਗੜ੍ਹ ਜਿਹੜਾ ਪਹਾੜੀ ਏਰੀਆ ਸੀ ਅਤੇ ਉਹਨਾਂ ਨੂੰ ਪਤਾ ਸੀ ਕਿ ਮੈਂ ਜਦੋਂ ਖਾਲਸਾ ਰਾਜ ਦੀ ਸਥਾਪਨਾ ਕਰ ਲਈ ਹੈ ਕਿ ਦਿੱਲੀ ਦਾ ਜਿਹੜਾ ਤਖ਼ਤ ਹੈ ਉਹ ਕਦੇ ਨਹੀਂ ਚਾਹੂਗਾ ਕਿ ਮੈਂ ਜਿਹੜਾ ਆਪਣਾ ਰਾਜ ਆ, ਰਾਜ ਭਾਗ ਆ ਜਿਹੜਾ ਖਾਲਸਾ ਰਾਜ ਭਾਗ ਆ ਜਿਹੜਾ ਇਹਦਾ ਵਿਸਤਾਰ ਕਰਾਂ ਜਾਂ ਇਹਦੀ ਆਜ਼ਾਦ ਹੋਣ ਦਾ ਜਿਹੜੀ ਉਹ ਬਰਕਰਾਰ ਰਹੇ। ਸੋ ਇਸ ਗੱਲ ਨੂੰ ਦੇਖਦਿਆਂ ਹੋਇਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਦਿੱਲੀ ਦਰਬਾਰ ਦੇ ਨਾਲ ਟੱਕਰ ਲੈਣੀ ਪੈਣੀ ਆ, ਸੋ ਉਹਨਾਂ ਨੇ ਇਸ ਕਾਰਨ ਜਿਹੜੀ ਆਪਣੀ ਰਾਜਧਾਨੀ ਸੀ ਉਹ ਲੋਹਗੜ੍ਹ ਨੂੰ ਚੁਣਿਆ। ਅਤੇ ਉਸ ਵੇਲੇ ਕਿਹਾ ਜਾਂਦਾ ਕਿ 3 ਕਰੋੜ ਰੁਪਈਆ ਜਿਹੜਾ ਇਕੱਠਾ ਹੋਇਆ ਸੀਗਾ ਜਿਹੜਾ ਸਰਹੰਦ ਦੇ ਹੋਰ ਸਾਰੇ ਆਸੇ ਪਾਸੇ ਦੇ ਜਿਹੜੇ
ਵੱਡੇ ਵੱਡੇ ਕਸਬਿਆਂ ਦੇ ਜਦੋਂ ਫੌਜ ਨੇ ਕਬਜ਼ਾ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਸੋ ਉਸ 3 ਕਰੋੜ ਰੁਪਈਏ ਨੂੰ ਲੈ ਕੇ ਉਹਨਾਂ ਨੇ ਮਤਲਬ ਲੋਹਗੜ੍ਹ ਵੱਲ ਉਸੇ ਦਿਨ ਹੀ ਚਾਲੇ ਪਾਤੇ ਅਤੇ ਉੱਥੇ ਲੋਹਗੜ੍ਹ ਜਾ ਕੇ ਉਹਨਾਂ ਨੇ ਆਪਣੀ ਜਿਹੜੀ ਰਾਜਧਾਨੀ ਵੀ ਸਥਾਪਿਤ ਕੀਤੀ। ਲੋਹਗੜ੍ਹ ਜਾ ਕੇ ਉਹਨਾਂ ਨੇ ਇੱਕ ਬਹੁਤ ਅਹਿਮ ਕਿਲਾ ਜਿਹੜਾ ਖਾਸ ਕਰਕੇ ਜਿਹੜਾ ਫੌਜੀ ਨਜ਼ਰੀਏ ਤੋਂ ਦੇਖੀਏ ਅਸੀਂ ਉਹ ਬੜਾ ਅਹਿਮ ਕਿਲਾ ਉਹਨਾਂ ਨੇ ਜਾ ਕੇ ਲੋਹਗੜ੍ਹ ਦੀ ਧਰਤੀ 'ਤੇ ਉਸਾਰਿਆ ਸੀ। 27 ਮਈ ਨੂੰ ਪਲੇਠੇ ਦਰਬਾਰੇ ਖਾਲਸਾ ਦੀ ਸਥਾਪਨਾ ਕੀਤੀ ਗਈ ਸੀ। ਤੁਸੀਂ ਸਾਨੂੰ ਇਹ ਦੱਸੋ ਕਿ ਅੱਜ ਦਾ ਇਤਿਹਾਸ ਦਾ ਆਖਿਰ ਕੀ ਸੁਨੇਹਾ ਹੈ? ਬੀਬਾ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਸਾਰੇ ਸਵਾਲਾਂ ਦੇ ਵਿੱਚ ਕਿ ਅੱਜ ਦੇ ਦਿਨ ਦੁਨੀਆ ਦੇ ਨਕਸ਼ੇ 'ਤੇ ਖਾਲਸਾ ਰਾਜ ਸੀ ਜਿਹੜਾ ਉਹ ਸਥਾਪਿਤ ਹੋਇਆ ਅਤੇ ਉਸ ਖਾਲਸਾ ਰਾਜ ਦੇ ਜਿਹੜੇ ਗੁਣ ਸੀ ਉਹ ਦੁਨੀਆ ਦੇ ਵਿੱਚ ਪਹਿਲੀ ਵਾਰ ਕਿਸੇ ਰਾਜੇ ਵੱਲੋਂ, ਹਾਲਾਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਆਪ ਨੂੰ ਰਾਜਾ ਨਹੀਂ ਕਹਾਇਆ, ਇੱਕ ਕਿਸੇ ਹੁਕਮਰਾਨ ਵੱਲੋਂ, ਕਿਸੇ ਹੁਕਮਰਾਨ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਦਿਸ਼ਾ ਨਿਰਦੇਸ਼ ਆਪਣਾ ਜਿਨ੍ਹਾਂ ਸਿਧਾਂਤਾਂ 'ਤੇ ਰਾਜ ਦੀ ਉਹਨਾਂ ਨੇ ਸਥਾਪਨਾ ਕੀਤੀ ਉਹ ਦੁਨੀਆ ਵਿੱਚ ਹੋਰ ਕਿਧਰੇ ਨਹੀਂ ਸੀ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਆਪਣੇ ਜਿਹੜੇ ਰਾਜ ਦੇ ਜਨਤਾ ਸੀ ਉਹਨਾਂ ਸਾਰਿਆਂ ਨੂੰ ਬਰਾਬਰਤਾ ਦਿੱਤੀ, ਸਾਰਿਆਂ ਨੂੰ ਬਰਾਬਰਤਾ ਬਰਾਬਰੀ ਦੀ ਆਰਥਿਕਤਾ ਦਿੱਤੀ। ਸੋ ਉਹਨਾਂ ਨੇ ਜਿਹੜੇ ਜਿਹੜੇ ਦਿਸ਼ਾ ਨਿਰਦੇਸ਼ ਆਪਣੇ ਰਾਜ ਲਈ ਸਥਾਪਿਤ ਕੀਤੇ ਅਤੇ ਜਿਹੜੇ ਬੁਨਿਆਦੀ ਸਿਧਾਂਤ ਉਹਨਾਂ ਨੇ ਸਥਾਪਿਤ ਕੀਤੇ ਉਹਨਾਂ ਦਾ ਦੁਨੀਆ ਦੇ ਵਿੱਚ ਕਿਧਰੇ ਕੋਈ ਮੁਕਾਬਲਾ ਨਹੀਂ। ਅੱਜ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਬਾਅਦ ਅੱਜ ਤੱਕ ਵੀ ਅਸੀਂ ਕਿਸੇ ਰਾਜ ਦੀ ਮਤਲਬ ਹਿਸਟਰੀ ਹੈ ਜਿਹੜੀ ਉਹਨੂੰ ਫਰੋਲ ਲਈਏ, ਚਾਹੇ ਉਹ ਯੂਰਪੀਅਨ ਕੰਟਰੀ ਨੇ, ਚਾਹੇ ਉਹ ਸਾਡੇ ਦੂਸਰੇ ਏਸ਼ੀਅਨ ਕੰਟਰੀ ਨੇ, ਚਾਹੇ ਸਾਡੇ ਉਹ ਸਮਾਜਵਾਦੀ ਮੁਲਕ ਨੇ, ਚਾਹੇ ਉਹ ਸਾਡੇ ਸਾਮਰਾਜਵਾਦੀ ਮੁਲਕ ਨੇ, ਅਸੀਂ ਕਿਸੇ ਮੁਲਕ ਦੀ ਆ ਜਿਹੜੀ ਉਹ ਹਿਸਟਰੀ ਆ ਜਿਹੜੀ ਉਹ ਫਰੋਲ ਲਈਏ ਤਾਂ ਸਾਨੂੰ ਕਿਤੋਂ ਵੀ ਜੋ ਕੁਝ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਰਾਜ ਦੀ ਬੁਨਿਆਦੀ ਗੁਣ ਸੀ ਜਿਹੜੇ ਬੁਨਿਆਦੀ ਸਿਧਾਂਤ ਸੀ ਜਿਹੜੇ ਉਹ ਸਿਰਜੇ ਉਹ ਸਾਨੂੰ ਕਿਤੇ ਵੀ ਦੁਨੀਆ ਵਿੱਚ ਵਿਖਾਈ ਨਹੀਂ ਦਿੰਦੇ। ਸੋ ਅੱਜ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਦੋਂ ਅਸੀਂ ਅੱਜ ਦੀ ਗੱਲ 27 ਮਈ ਦੀ ਗੱਲ ਕਰਾਂਗੇ ਕਿ 27 ਮਈ ਵਾਲੇ ਦਿਨ ਸਿੱਖਾਂ ਦਾ ਜਿਹੜਾ ਪਲੇਠਾ ਦਰਬਾਰੇ ਖਾਲਸਾ ਲੱਗਿਆ, ਸਿੱਖਾਂ ਦੀ ਜਿਹੜੀ ਪਹਿਲੀ ਪਾਰਲੀਮੈਂਟ ਬੈਠੀ, ਉਹਨੇ ਜਿਹੜੇ ਫੈਸਲੇ ਕੀਤੇ ਉਹਦਾ ਅੱਜ ਤੱਕ ਦੁਨੀਆ ਦੇ ਵਿੱਚ ਕੋਈ ਮੁਕਾਬਲਾ ਨਹੀਂ। ਅਤੇ ਜੇ ਦੁਨੀਆ ਉਹਨਾਂ ਫੈਸਲਿਆਂ ਦੇ ਆਧਾਰ 'ਤੇ ਅੱਜ ਜੇ ਅੱਜ ਦੁਨੀਆ ਆਪਣਾ ਜਿਹੜਾ ਰਾਜ ਭਾਗ ਆ, ਜਿਹੜਾ ਸਮੁੱਚੇ ਵਿਸ਼ਵ ਦਾ ਰਾਜ ਭਾਗ ਆ, ਅੱਜ ਉਹਨਾਂ ਦੇ ਲੀਹਾਂ 'ਤੇ ਚਲਾਇਆ ਜਾਵੇ ਅਤੇ ਅੱਜ ਜਿਹੜੀਆਂ ਸਮੱਸਿਆਵਾਂ ਸਮੁੱਚੀ ਦੁਨੀਆ ਨੂੰ ਦਰਪੇਸ਼ ਨੇ, ਥਾਂ ਥਾਂ ਜਿਹੜੀਆਂ ਮਤਲਬ ਜੰਗਾਂ ਹੋ ਰਹੀਆਂ ਨੇ, ਗ੍ਰਹਿ ਯੁੱਧ ਹੋ ਰਹੇ ਨੇ, ਜਾਂ ਹੋਰ ਸਾਡੇ ਸਾਹਮਣੇ ਜਿਹੜੀਆਂ ਮੁਸ਼ਕਲਾਂ ਬਣੀਆਂ ਹੋਈਆਂ ਨੇ, ਉਹ ਚਾਹੇ ਆਰਥਿਕ ਪੱਖੋਂ ਨੇ ਅਤੇ ਚਾਹੇ ਸਮਾਜਿਕ ਪੱਖੋਂ ਨੇ, ਚਾਹੇ ਧਾਰਮਿਕ ਪੱਖੋਂ ਨੇ, ਚਾਹੇ ਕਿਸੇ ਵੀ ਪੱਖ ਤੋਂ ਨੇ, ਜੇ ਉਹਨਾਂ ਸਾਰੀਆਂ ਮਤਲਬ ਸਮੱਸਿਆਵਾਂ ਦਾ, ਮੁਸ਼ਕਲਾਂ ਦਾ ਜੇ ਹੱਲ ਕੱਢਣਾ ਵਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਿਤ ਖਾਲਸਾ ਰਾਜ ਦੇ ਜਿਹੜੇ ਬੁਨਿਆਦੀ ਗੁਣ ਨੇ, ਬੁਨਿਆਦੀ ਸਿਧਾਂਤ ਨੇ, ਉਹਨਾਂ ਨੂੰ ਸਾਨੂੰ ਸਮੁੱਚੀ ਦੁਨੀਆ ਅੱਗੇ ਲੈ ਕੇ ਜਾਣਾ ਪਊਗਾ। ਅਤੇ ਜਦੋਂ ਦੁਨੀਆ ਇਹ ਦੇਖੂਗੀ ਕਿ ਸਿੱਖ ਪੰਥ ਆ ਜਿਹੜਾ ਜਿਹੜਾ ਇਹਨਾਂ ਦਾ ਪਹਿਲਾ ਰਾਜ ਆ, ਉਹਦੇ ਕੀ ਗੁਣ ਸੀ, ਉਹਦੇ ਕੀ ਸਿਧਾਂਤ ਸੀ, ਅਤੇ ਸ਼ਾਇਦ ਉਹ ਅੱਜ ਵੀ ਹੈਰਾਨ ਹੋਣਗੇ ਅਤੇ ਸਿਰ ਫੜ ਕੇ ਬੈਠਣਗੇ ਕਿ ਇਹ ਇੰਨੇ ਕੀਮਤੀ ਸਿਧਾਂਤ ਸੀ ਜਿਹੜੇ ਇਹ ਹੁਣ ਤੱਕ ਕਿੱਥੇ ਗੁੰਮ ਰਹੇ ਨੇ, ਕਿਉਂ ਹੁਣ ਤੱਕ ਦੁਨੀਆ ਇਹਨਾਂ ਸਿਧਾਂਤਾਂ 'ਤੇ ਚੱਲ ਕੇ ਇੱਕ ਸਮੁੱਚੇ ਵਿਸ਼ਵ ਦੇ ਵਿੱਚ ਹਲੇਮੀ ਰਾਜ ਦੀ ਸਥਾਪਨਾ ਨਹੀਂ ਕਰ ਸਕੀ। ਸੋ ਮੈਂ ਸਮਝਦਾ ਕਿ ਇਹ ਅੱਜ ਦਾ ਸੁਨੇਹਾ ਸਾਨੂੰ ਇੱਕ ਤਾਂ ਸਾਡਾ ਸਿਰ ਆ ਜਿਹੜਾ ਉਹ ਮਾਣ ਨਾਲ ਉੱਚਾ ਕਰਨ ਵਾਲਾ ਵਾ ਕਿ ਦੁਨੀਆ ਦਾ ਜੇ ਖਾਲਸਾ ਪੰਥ ਦਾ ਪਲੇਠਾ ਰਾਜ ਹੋਇਆ ਉਹਦੇ ਇੰਨੇ ਮਹਾਨ ਗੁਣ ਸੀ, ਅਤੇ ਦੂਸਰੇ ਪਾਸੇ ਸਾਡੇ ਲਈ ਇਹ ਮੈਂ ਸਮਝਦਾ ਕਿ ਸ਼ਰਮਨਾਕ ਵੀ ਹੋਊਗਾ ਕਿ ਅਸੀਂ ਉਹਨਾਂ ਮਹਾਨ ਸਿਧਾਂਤਾਂ ਨੂੰ ਅੱਜ ਤੱਕ ਦੁਨੀਆ ਸਾਹਮਣੇ ਪੇਸ਼ ਕਰਨ ਦੇ ਵਿੱਚ ਸਫਲ ਹੀ ਨਹੀਂ ਹੋ ਸਕੇ। ਸਿੱਖ ਕੌਮ ਦਾ ਇੰਨਾ ਮਹਾਨ ਇਤਿਹਾਸ ਅਤੇ ਸਿੱਖਾਂ ਦੀ ਕਮਜ਼ੋਰੀ ਕਾਰਨ ਇਹ ਮਹਾਨ ਵਿਰਸਾ, ਮਹਾਨ ਇਤਿਹਾਸ
ਦੁਨੀਆ ਦੀ ਨਜ਼ਰ ਤੋਂ ਅੱਖਾਂ ਓਹਲੇ ਹੈ। ਸੋ ਸਿੱਖ ਕੌਮ ਨੂੰ ਹਮਲਾ ਮਾਰਨਾ ਚਾਹੀਦਾ ਹੈ ਕਿ ਆਪਣੇ ਇਸ ਮਹਾਨ ਇਤਿਹਾਸ ਤੋਂ ਪੂਰੀ ਦੁਨੀਆ ਨੂੰ ਜਾਣੂ ਕਰਵਾਵੇ। ਵੈਸੇ ਤਾਂ ਸਿੱਖਾਂ ਦਾ ਸਿਰ ਹਮੇਸ਼ਾ ਗੁਰੂ ਮਹਾਰਾਜ ਜੀ ਨੇ ਉੱਚਾ ਹੀ ਰੱਖਿਆ ਹੈ, ਪਰੰਤੂ ਜੇ ਸਿੱਖ ਹਮਲਾ ਮਾਰਨਗੇ ਤਾਂ ਸਿੱਖ ਕੌਮ ਦਾ ਸਿਰ ਹੋਰ ਮਾਣ ਨਾਲ ਉੱਚਾ ਹੋਵੇਗਾ ਅਤੇ ਦੁਨੀਆ ਜਾਣੇਗੀ ਕਿ ਸਿੱਖ ਕੌਮ ਦਾ ਮਹਾਨ ਵਿਰਸਾ ਕੀ ਹੈ। ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।